ਇਸ ਸਮੇਂ ਅਸੀਂ ਪਿੰਡ ਜਲੂਪੁਰ ਖੈੜਾ ਦੇ ਵਿੱਚ ਭਾਈ ਅੰਤਪਾਲ ਸਿੰਘ ਦੇ ਘਰ ਮੌਜੂਦ ਹਾਂ, ਜਿੱਥੇ ਕਿ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਸਾਡੇ ਨਾਲ ਨੇ। ਬਾਪੂ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੇ, ਕੀ ਸਾਰਾ ਮਾਮਲਾ ਹੈਗਾ ਹੁਣ ਤੱਕ, ਕੀ ਜਾਣਕਾਰੀ ਜਿਹੜੀ ਤੁਹਾਨੂੰ ਸਾਹਮਣੇ? ਸਤਿ ਸ਼੍ਰੀ ਅਕਾਲ। ਹੁਣ ਤੱਕ ਸਾਨੂੰ ਇਹੀ ਆ, ਨਿਊਜ਼ ਚੈਨਲਾਂ ਤੋਂ ਇਹੀ ਪਤਾ ਲੱਗਾ ਕਿ ਉਹ ਉਹਨਾਂ ਦੇ ਜਿਹੜੇ ਅੰਮ੍ਰਿਤਪਾਲ ਦੇ ਵੱਡੇ ਭਾਈ ਆ ਹਰਪ੍ਰੀਤ ਸਿੰਘ, ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਨੇ, ਔਰ ਉਹਨਾਂ 'ਤੇ ਕੋਈ NDPCS ਦਾ ਪਰਚਾ ਜਿਹੜਾ ਦਰਜ ਕੀਤਾ ਕਿ ਜੋ ਇੱਕ ਸਰਾਸਰ ਸਾਡੇ ਨਾਲ ਧੱਕਾ, ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਸਾਜਿਸ਼ ਆ, ਕਿ ਅਸੀਂ ਜੋ ਨਸ਼ਿਆਂ ਦੇ ਖਿਲਾਫ ਜੋ ਆਵਾਜ਼ ਚੁੱਕ ਰਹੇ ਹਾਂ ਉਹਦੇ ਨਾਲ ਸਿਰਫ ਪੁਲਿਸ ਨੂੰ ਜਾਂ ਸਰਕਾਰ ਨੂੰ ਕੋਈ ਤਕਲੀਫ ਹੋ ਰਹੀ ਆ, ਉਹ ਇਸ ਕਰਕੇ ਸਾਡੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ। ਹੁਣ ਤੱਕ ਜਿਹੜੀ ਤੁਹਾਨੂੰ ਜਾਣਕਾਰੀ ਮਿਲੀ ਹੈਗੀ ਉਸ 'ਚ ਕੀ ਸਾਹਮਣੇ ਆਇਆ, ਕਿਉਂਕਿ ਆਈਸ ਡਰੱਗ ਨੂੰ ਲੈ ਕੇ ਕੁਛ ਅਜਿਹਾ ਕਿਹਾ ਜਾ ਰਿਹਾ, ਔਰ ਇੱਕ ਸਾਥੀ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਸੀ? ਨਹੀਂ, ਸਾਨੂੰ ਤਾਂ ਨਾ ਇਸ ਡਰੱਗ ਦਾ, ਕਿਸੇ ਡਰੱਗ ਦਾ ਵੀ ਪਤਾ ਨਹੀਂ ਵੀ ਕੀ ਡਰੱਗ ਕਿਹੜੀ ਆ ਕੀ ਨਹੀਂ। ਸਾਨੂੰ ਤਾਂ ਇੰਨਾ ਹੀ ਕਿ ਇਹੋ ਹੀ ਆ ਕਿ ਪੰਜਾਬ 'ਚ ਨਸ਼ਿਆਂ ਦਾ ਦੌਰ ਜਿਹੜਾ ਉਹਦੇ ਨਾਲ ਬਹੁਤ ਨੌਜਵਾਨੀ ਨਸ਼ਿਆਂ ਦੀ ਭੇਟ ਚੜ ਰਹੀ ਆ, ਅਤੇ ਅਸੀਂ ਤਾਂ ਇਸ ਚੀਜ਼ ਦੇ ਵਾਸਤੇ ਦਿਨ ਰਾਤ ਚਿੰਤਤ ਹਾਂ, ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੀ ਧਰਤੀ ਤੋਂ ਇਹ ਕਲੰਕ ਖਤਮ ਕਰੋ। ਅਤੇ ਮੇਰਾ ਖਿਆਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਰਕਾਰ ਕੋਲ ਜਾਂ ਪੁਲਿਸ ਕੋਲ ਬੜੇ ਸਾਧਨ ਆ, ਜੇ ਕਿਸੇ ਨੂੰ ਬਦਨਾਮ ਕਰਨਾ ਹੋ, ਕੋਈ ਹਥਿਆਰ ਦਿਖਾਉਣੇ ਹੋਣ ਤਾਂ ਵੀ ਦਿਖਾ ਸਕਦੀ ਹੈ, ਜੇ ਕੋਈ ਨਸ਼ਾ ਦਿਖਾਉਣਾ ਹੋਵੇ, ਪਰ ਮੇਰਾ ਖਿਆਲ ਹੈ ਕਿ ਜਿਹੜਾ ਅਸਲੀ ਜਿੱਥੇ ਕੰਮ ਕਰਨ ਦੀ ਲੋੜ ਸੀ ਪੁਲਿਸ ਨੂੰ, ਉੱਥੇ ਉਹ ਨਸ਼ਾ ਨਾ ਤਾਂ ਇਹਨਾਂ ਕੋਲ ਰੁਕ ਰਿਹਾ, ਦਿਨੋਂ ਦਿਨ ਨਸ਼ਾ ਦੀ ਵੱਧ ਰਿਹਾ। ਇਸ ਕਰਕੇ ਮੇਰਾ ਖਿਆਲ ਹੈ ਇਹ ਨਸ਼ੇ ਵਾਲਿਆਂ ਜਿਹੜੇ ਨਸ਼ੇ ਦੇ ਸਲਾਹਕਾਰ ਉਹਨਾਂ ਦੀ ਸਪੋਰਟ ਕਰ ਰਹੀ ਹੈ, ਤਾਂ ਉਹਨਾਂ ਦੇ ਦਬਾਅ ਹੇਠ ਚੱਲ ਰਹੀ ਹੈ ਸਰਕਾਰ ਵੀ ਅਤੇ ਪੁਲਿਸ ਵੀ। ਹਰਪ੍ਰੀਤ ਸਿੰਘ ਦੇ ਨਾਲ ਲਾਸਟ ਥੋੜੀ ਗੱਲਬਾਤ ਹੈਗੀ, ਕਦੋਂ ਫੋਨ ਦੇ ਉੱਤੇ ਕੋਈ ਰਾਬਤਾ ਹੋਇਆ ਹੈਗਾ? ਨਹੀਂ, ਸਾਡਾ ਉਹ ਜਦੋਂ ਇੱਥੋਂ ਚਲੇ ਗਿਆ ਸੀ, ਜਦੋਂ ਇਹ ਮੇਰੇ ਖਿਆਲ 12 ਕੁ ਵਜੇ ਤੇ 12-1 ਵਜੇ ਕਰੈਕਟ ਟਾਈਮ ਪਤਾ ਨਹੀਂ ਗਾ, ਰਾਤ ਦੀ ਗੱਲ ਕਰੋ? ਨਹੀਂ ਨਹੀਂ ਦਿਨ ਦੀ, ਦੁਪਹਿਰ ਦੀ। ਉਦੋਂ ਬਾਅਦ 'ਚ ਸਾਡੇ ਨਾਲ ਜਦੋਂ ਅਸੀਂ 2-4 ਘੰਟੇ ਵੇਖਣ ਤੋਂ ਬਾਅਦ 'ਚ ਅਸੀਂ ਸੁੱਕੇ ਫੋਨ ਕੀਤਾ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ, ਇਸ ਕਰਕੇ ਅਸੀਂ ਕਾਫੀ ਜਿਹੜੇ ਕੋਈ ਉਹਨਾਂ ਦੇ ਹੋਰ ਯਾਰ ਦੋਸਤ ਉੱਥੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸਾਨੂੰ ਕਿਤੋਂ ਕੋਈ ਪਤਾ ਨਹੀਂ ਲੱਗਾ। ਇਹ ਸਾਨੂੰ ਕਾਫੀ ਰਾਤ ਦੇਰ ਰਾਤ ਤੱਕ ਇਹ ਚੀਜ਼ਾਂ ਕਿ ਇੱਦਾਂ ਪਤਾ ਲੱਗਾ ਕਿ ਉਹ ਉਹਨਾਂ ਨੂੰ ਸ਼ਾਇਦ ਪੁਲਿਸ ਨੇ ਹਿਰਾਸਤ 'ਚ ਲੈ ਲਿਆ, ਅਤੇ ਮੇਰਾ ਇਹ ਜਿਹੜੀਆਂ ਚੀਜ਼ਾਂ ਨਾ ਤਾਂ ਸਾਨੂੰ ਸਰਕਾਰ ਨੇ ਅਜੇ ਤੱਕ ਕੋਈ ਜਾਣਕਾਰੀ ਦਿੱਤੀ ਹੈ, ਨਾ ਪੁਲਿਸ ਨੇ ਦਿੱਤੀ ਆ ਵੀ ਇਹ ਉਹਨਾਂ ਨੂੰ ਕਿੱਥੇ ਕਿੱਥੋਂ ਗ੍ਰਿਫਤਾਰ ਕੀਤਾ ਗਿਆ, ਅਤੇ ਕਿਤੇ ਮੀਡੀਆ ਦੇ ਥਰੂ ਹੀ ਹੁਣ ਪਤਾ ਲੱਗ ਰਿਹਾ ਕਿ ਫਲੋਰ ਪੁਲਿਸ ਨੇ ਫਲੋਰ ਉਹਨਾਂ ਨੂੰ ਅਰੈਸਟ ਕੀਤਾ, ਅਤੇ ਫਲੋਰ 'ਤੇ ਉਹਨਾਂ ਦਾ ਜਾਣ ਦਾ ਕੋਈ ਮਕਸਦ ਨਹੀਂ ਸੀ। ਮੇਰਾ ਖਿਆਲ ਹੈ ਕਿ ਇਹ ਸਾਰੀਆਂ ਚੀਜ਼ਾਂ ਕੋਈ ਜਾਂ ਇਹੋ ਜਿਹਾ ਟਰੈਪ ਜਾਂ ਸਾਡੇ ਪਰਿਵਾਰ ਨੂੰ ਬਦਨਾਮ ਵਾਸਤੇ ਕੋਈ ਇੱਕ ਸਾਜਿਸ਼, ਕਾਫੀ ਵੱਡੀ ਸਾਜਿਸ਼ ਦਾ ਹਿੱਸਾ, ਅਤੇ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਬਾਜ ਆਉਣਾ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਮਾਜ 'ਚ ਗਲਤ ਜਿਹੜੀਆਂ ਫਾਰਮਾਂ ਫੈਲਾਉਣੀਆਂ ਜਾਂ ਇਹੋ ਜਿਹਾ ਕਰਨਾ, ਇੱਕ ਬੰਦੇ ਦੇ ਇਹ ਨਸ਼ੇ ਦਾ ਐਡਾ ਵੱਡਾ ਕਾਰੋਬਾਰ ਆ, ਮੇਰਾ ਖਿਆਲ ਹੈ ਕਿ ਉਹ ਤਾਂ ਮੇਨ ਬੰਦਿਆਂ ਨੂੰ ਤਾਂ ਫੜਨ ਵਾਸਤੇ ਤਿਆਰ ਨਹੀਂ ਗੇ, ਅਤੇ ਲੋਕਾਂ ਨੂੰ ਜਿਹੜੇ ਅੱਛੇ ਠੀਕ ਹੈ ਕਿ ਉਹਨਾਂ ਨੂੰ ਬਦਨਾਮ ਕਰਕੇ ਫਿਰ ਇਸ ਲੈਂਡ 'ਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਹਿਲਾਂ ਜਿਹੜੇ ਹਰਪ੍ਰੀਤ ਸਿੰਘ ਨੇ ਉਹ ਘਰ ਦੇ ਵਿੱਚ ਹੀ ਮੌਜੂਦ ਸੀ ਕੱਲ੍ਹ ਜਾਂ ਪਰਸੋਂ? ਹਾਂ, ਉਹ ਨਹੀਂ, ਉਹ ਪਰਸੋਂ ਵੀ ਇੱਥੇ ਝਬਾੜ ਵਾਲੇ ਕੋਈ ਪ੍ਰੋਗਰਾਮ 'ਤੇ ਜਾ ਕੇ ਆਏ ਆ, ਸਾਰਾ ਕੋਈ ਇੱਥੇ ਘਰ 'ਚ ਹੀ ਮੌਜੂਦ ਰਹਿੰਦੇ, ਅਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਬਹੁਤ ਇਹ ਘਿਨਾਉਣੀ ਸਾਜਿਸ਼ ਆ, ਅਤੇ ਇਹਦਾ ਮੇਰਾ ਖਿਆਲ ਹੈ ਕਿ ਸਾਰੇ ਜਿਹੜੇ ਇਨਸਾਫ ਪਸੰਦ ਲੋਕਾਂ ਨੂੰ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ। ਮੋਗੇ ਦੇ ਵਿੱਚ ਅੱਜ ਕੋਈ ਰੈਲੀ ਵੀ ਹੋਣੀ ਸੀਗੀ, ਉਸ ਸੰਬੰਧੀ ਵੀ ਕੋਈ ਸੂਚਨਾ ਹੈਗੀ ਕਿ ਉਹਨਾਂ ਨੇ ਜਾਣਾ ਸੀਗਾ ਉੱਥੇ? ਹਾਂਜੀ ਹਾਂਜੀ, ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਵਾਸਤੇ ਇੱਕ ਮਾਰਚ ਸੀਗਾ, ਉਹਦੇ 'ਚ ਉਹਨਾਂ ਵੀ ਭਾਗ ਲੈਣਾ ਸੀ। ਮੈਨੂੰ ਲੱਗਦਾ ਹੋ ਸਕਦਾ ਉਹ ਇਹੋ ਜਿਹੀਆਂ ਚੀਜ਼ਾਂ ਵੀ ਕਿ ਇਹ ਜਿਹੜੇ ਕਿ ਅਸੀਂ ਸਮਾਜ 'ਚ ਨਾ ਵਿਚਰ ਸਕੀਏ, ਸਾਡੇ ਨਾਲ ਇਹੋ ਜਿਹੇ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾਏ ਕਿ ਲੋਕ ਸਾਡੇ ਕੋਲ ਟੁੱਟ ਜਾਣ ਜਾਂ ਅਸੀਂ ਲੋਕਾਂ ਤੋਂ ਦੂਰ ਹੋ ਜਾਈਏ। ਇੱਕ ਹੋਰ ਜਿਹੜੇ ਨੌਜਵਾਨ ਦੀ ਗੱਲ ਆ ਰਹੀ ਹੈ, ਕੋਈ ਦੋਸਤ ਹੈਗੇ ਉਹਨਾਂ ਦੇ ਇਸ ਤਰ੍ਹਾਂ ਜਿਹੜੇ ਚੀਮੇ ਬੱਟ ਨੂੰ ਲੈ ਕੇ ਗੱਲ? ਨਹੀਂ, ਮੈਨੂੰ ਇਹਨਾਂ ਦੇ ਪਤਾ ਨਹੀਂ ਗਾ, ਹੋ ਸਕਦਾ ਹੋਣਗੇ ਦੋਸਤ ਹੋਣਗੇ, ਕੋਈ ਏਡੀ ਕੋਈ ਦੋਸਤ ਹੁੰਦੇ ਹੀ ਆ, ਅਤੇ ਇਹ ਚੀਜ਼ ਬਾਰੇ 'ਚ ਮੈਨੂੰ ਨਹੀਂ ਇਹ ਪੂਰੀ ਜਾਣਕਾਰੀ ਕਿ ਉਹਨਾਂ ਦਾ ਨਾਂ ਕੀ ਆ, ਕੌਣ ਆ, ਉਹਨਾਂ ਦਾ ਘਰ ਕਿੱਥੇ ਆ, ਇਸ ਕਰਕੇ ਇਹਦੇ ਬਾਰੇ 'ਚ ਅਤੇ ਉਹਨਾਂ ਦਾ ਪਰਿਵਾਰ ਜਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ ਕੌਣ ਹੈ। ਠੀਕ ਹੈ, ਅਤੇ ਹੁਣ ਜਿਹੜਾ ਹੈਗਾ ਤੁਸੀਂ ਜਾ ਰਹੇ ਹੋ ਫਲੋਰ ਜਾਂ ਪਤਾ ਕਰਨੇ ਸਾਰਾ ਕੁਛ, ਜਾਂ ਫਿਰ ਇੱਥੇ ਮੌਜੂਦ ਹੋ ਹਾਲੇ ਕਿ ਜਾਣਕਾਰੀ ਲਈ ਕੋਈ ਹੋਰ ਵੀ ਕਿਹਾ ਹੋਏਗਾ ਉੱਥੇ?
ਨਹੀਂ ਉਹ ਜਾਊਗੀ ਸਾਡੀ ਟੀਮ, ਹੁਣ ਅਸੀਂ ਜਾਵਾਂਗੇ ਉੱਥੇ, ਉਹਨਾਂ ਨੂੰ ਪਤਾ ਕਰਾਂਗੇ ਉੱਥੇ ਕੀ ਉਹਨਾਂ ਦੀ FIR ਵਗੈਰਾ ਲੈ ਕੇ ਅੱਗੇ ਵਾਸਤੇ ਅਸੀਂ ਕੀ ਕਾਰਵਾਈ ਕਰ ਸਕਦੇ ਹਾਂ, ਉਹ ਅਸੀਂ ਕੋਸ਼ਿਸ਼ ਕਰਾਂਗੇ ਸੰਗਤਾਂ ਦੇ ਸਹਿਯੋਗ ਨਾਲ ਜੋ ਵੀ ਸਾਨੂੰ ਅੱਗੇ ਕਰਨਾ ਪਊਗਾ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਬੂ ਜੀ ਇੱਕ ਤਾਂ ਜਿਵੇਂ ਤੁਹਾਡਾ ਕਹਿਣਾ ਹੈਗਾ ਕਿ ਸਰਕਾਰ ਦੇ ਕੋਈ ਐਲੀਗੇਸ਼ਨ ਹੋ ਸਕਦੇ ਜਾਂ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈਗੀ, ਤਾਂ ਇਹਦੇ ਵਿੱਚ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਲੱਗਦਾ ਹੈਗਾ ਪੁਲਿਸ ਦੇ ਜੋ ਦਾਅਵੇ ਹੈਗੇ ਆ ਉਸ ਦੇ ਉੱਤੇ ਜਿਹੜੀ ਪੜਚੋਲ ਕਰਨ ਦੀ ਗੱਲ ਹੈਗੀ ਉਹ ਜਾ ਕੇ ਹੁਣ ਕੋਈ ਲੀਗਲ ਟੀਮ ਨਾਲ ਵੀ ਇਹਦੇ ਬਾਰੇ ਗੱਲ ਹੋਈ ਹੈ ਕਿ ਇਸ ਬਾਰੇ ਪਤਾ ਕੀਤਾ ਜਾਵੇ ਜਾਂ ਮੌਕੇ ਦੇ ਜਿਹੜੇ ਜਿਵੇਂ ਪੁਲਿਸ ਦੇ ਕੁਛ ਇੱਕ ਇਲਜ਼ਾਮ ਹੈਗੇ ਆ ਤੇ ਉਹਨਾਂ ਨੂੰ ਵੈਰੀਫਾਈ ਜਿਹੜਾ ਹੈਗਾ ਤੁਹਾਡੇ ਵੱਲੋਂ ਕੀਤਾ ਜਾਊਗਾ ਜਾਂ ਕਿਵੇਂ ਕੀਤਾ ਜਾਊਗਾ? ਨਹੀਂ ਅਸੀਂ ਤੇ ਇਹੋ ਹੀ ਚਾਹੁੰਦੇ ਹਾਂ ਕਿ ਕੋਈ ਨਿਰਪੱਖ ਜਾਂਚ ਹੋਵੇ ਇਹਦੀ ਜਾਂ ਕੋਈ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਜੇ ਉਹਨਾਂ ਨੂੰ ਕੱਲ੍ਹ ਵੀ ਤੇ ਕੱਲ੍ਹ ਵੀ ਸਾਨੂੰ ਵੀ ਉਦੋਂ ਸੱਦਿਆ ਜਾਣਾ ਚਾਹੀਦਾ ਸੀਗਾ ਜਾਂ ਕੋਈ ਇਹੋ ਜਿਹੀ ਗੱਲ, ਤੇ ਮੇਰਾ ਖਿਆਲ ਹੈ ਕਿ ਝੂਠੀਆਂ ਕਹਾਣੀਆਂ ਬਣਾਉਣ 'ਚ ਬਹੁਤ ਮਾਹਰ ਆ ਸਾਡੀ ਪੁਲਿਸ ਵੀ ਤੇ ਸਾਡੇ ਰਾਜਨੀਤਿਕ ਲੋਕ ਵੀ ਜਿਹੜੇ ਜਿਹਨਾਂ ਨੂੰ ਕੋਈ ਇਹ ਗੱਲ ਤੋਂ ਤਕਲੀਫ ਆ, ਤੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਹੀ ਆ ਤੇ ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਸਾਡੇ ਪਰਿਵਾਰ ਨਾਲ ਸ਼ਾਇਦ ਹੋਰ ਵੀ ਇਹੋ ਜਿਹੀਆਂ ਕੋਈ ਘਟਨਾਵਾਂ ਵਾਪਰਨ।